ਅੱਜ ਆਪਾਂ ਛੱਲੀਆਂ ਨੂੰ ਭੁੰਨਾਂਗੇ। ਇੰਡੀਆ ਵਿੱਚ ਕੌਣ ਕੌਣ ਖਾਂਦਾ ਹੁੰਦਾ ਸੀ ਛੱਲੀਆਂ ਭੁੰਨ ਕੇ ਚੁੱਲ੍ਹੇ ਦੇ ਉੱਤੇ? ਤੁਸੀਂ ਕੋਈ ਵੀ ਸਟੈਂਡ ਯੂਜ਼ ਕਰ ਸਕਦੇ ਹਾਂ। ਛੱਲੀਆਂ ਨੂੰ ਆਪਾਂ ਇਹਦੇ ਉੱਪਰ ਭੁੰਨਾਂਗੇ। ਮੀਡੀਅਮ ਫਲੇਮ 'ਤੇ ਸਾਈਡਾਂ ਨੂੰ ਚੇਂਜ ਕਰਕੇ ਪਕਾਓ। ਛੱਲੀਆਂ ਹੋ ਗਈਆਂ ਭੁੰਨ। ਪਿੰਕ ਸਾਲਟ ਅਤੇ ਲੈਮਨ ਲਗਾਵਾਂਗੇ ਛੱਲੀਆਂ ਦੇ ਉੱਪਰ। ਛੋਟੇ ਛੋਟੇ ਪੀਸ ਕਰਕੇ ਫੋਰਕ ਲਗਾ ਕੇ ਸਰਵ ਕਰੋ। ਜੇ ਤੁਹਾਡੇ ਕੋਲ ਡਿੱਖੇ ਨਹੀਂ ਹੈਗੇ ਤੁਸੀਂ ਇੱਦਾਂ ਸੈਲਡ, ਤੁਸੀਂ ਆਹ ਵਾਲੇ ਕੌਰਨ ਨਾਲ ਸੈਲਡ ਵੀ ਬਣਾ ਸਕਦੇ ਹਾਂ। ਹੈਲਥੀ ਹੈ ਇਹ, ਵੇਟ ਲੂਸ ਵਿੱਚ ਵੀ ਹੈਲਪ ਕਰਦੇ ਆ। ਕੋਈ ਵੀ ਤੁਸੀਂ ਵੈਜੀਟੇਬਲ ਲੈ ਸਕਦੇ ਹਾਂ ਸੈਲਡ ਲਈ। ਉਹਦੇ ਵਿੱਚ ਕੌਰਨ ਨੂੰ ਐਡ ਕਰਾਂਗੇ, ਪਿੰਕ ਸਾਲਟ, ਹਾਫ ਲੈਮਨ ਜੂਸ ਪਾਵਾਂਗੇ ਇਹਨੂੰ, ਥੋੜ੍ਹੇ ਜਿਹੇ ਚਿੱਲੀ ਫਲੈਕਸ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ। ਮਿਕਸ ਕਰਕੇ ਸਾਡਾ ਸੈਲਡ ਆਲਮੋਸਟ ਹੋ ਗਿਆ ਰੈਡੀ। ਇਹ ਸੈਲਡ ਨੂੰ ਤੁਸੀਂ ਲੰਚ ਅਤੇ ਡਿਨਰ ਵਿੱਚ ਵੀ ਖਾ ਸਕਦੇ ਹਾਂ। ਭੁੰਨੀਆਂ ਹੋਈਆਂ ਛੱਲੀਆਂ ਨੂੰ ਲੈਮਨ ਨਾਲ ਸਰਵ ਕਰੋ। ਸਾਡਾ ਸੈਲਡ ਹੋ ਗਿਆ ਰੈਡੀ। ਜੇ ਰੈਸਪੀ ਵਧੀਆ ਲੱਗੀ ਬਣਾਓ ਅਤੇ ਸ਼ੇਅਰ ਕਰੋ।